ਨਾਭੀ ਵਿੱਚ ਤੇਲ ਲਗਾਉਣ ਦੇ ਫਾਇਦੇ। ਨਾਭੀ 'ਚ ਤੇਲ ਲਗਾਉਣ ਨਾਲ ਪੁਰਸ਼ਾਂ ਦੇ ਸਰੀਰ ਵਿੱਚ ਸ਼ੁਕਰਾਣੂਆਂ ਦਾ ਵਾਧਾ ਅਤੇ ਸੁਰੱਖਿਆ ਹੁੰਦੀ ਹੈ। ਸਰ੍ਹੋਂ ਦਾ ਤੇਲ ਨਾਭੀ 'ਤੇ ਲਗਾਉਣ ਨਾਲ ਪਿੰਪਲਸ ਅਤੇ ਦਾਗ ਧੱਬੇ ਠੀਕ ਹੋ ਜਾਂਦੇ ਹਨ। ਰੋਜ਼ਾਨਾ ਨਾਭੀ 'ਚ ਤੇਲ ਲਗਾਉਣ ਨਾਲ ਫਟੇ ਹੋਏ ਬੁੱਲ ਨਰਮ ਅਤੇ ਗੁਲਾਬੀ ਹੋ ਜਾਂਦੇ ਹਨ। ਇਸ ਨਾਲ ਅੱਖਾਂ ਦੀ ਜਲਨ, ਖੁਜਲੀ ਅਤੇ ਖੁਸ਼ਕੀ ਵੀ ਠੀਕ ਹੋ ਜਾਂਦੀ ਹੈ। ਨਾਭੀ 'ਚ ਤੇਲ ਲਗਾਉਣ ਨਾਲ ਸਰੀਰ ਦੇ ਕਿਸੇ ਵੀ ਹਿੱਸੇ 'ਚ ਸੋਜ ਦੀ ਸਮੱਸਿਆ ਖਤਮ ਹੋ ਜਾਂਦੀ ਹੈ। ਸਰ੍ਹੋਂ ਦਾ ਤੇਲ ਨਾਭੀ 'ਤੇ ਲਗਾਉਣ ਨਾਲ ਗੋਡਿਆਂ ਦੇ ਦਰਦ 'ਚ ਆਰਾਮ ਮਿਲਦਾ ਹੈ। ਸਰ੍ਹੋਂ ਦਾ ਤੇਲ ਨਾਭੀ 'ਤੇ ਲਗਾਉਣ ਨਾਲ ਸਾਡੇ ਚਿਹਰੇ ਦੀ ਰੰਗਤ ਵੱਧਦੀ ਹੈ। ਇਸ ਲਈ ਤੁਹਾਨੂੰ ਰੋਜ਼ਾਨਾ ਸਰ੍ਹੋਂ ਦਾ ਤੇਲ ਨਾਭੀ 'ਤੇ ਲਗਾਉਣਾ ਚਾਹੀਦਾ ਹੈ। ਸਰ੍ਹੋਂ ਦਾ ਤੇਲ ਨਾਭੀ 'ਤੇ ਲਗਾਉਣ ਨਾਲ ਸਾਡਾ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ। ਬਦਾਮ ਦਾ ਤੇਲ ਲਗਾਉਣ ਨਾਲ ਤਵਚਾ ਦੀ ਰੰਗਤ ਨਿਖਰ ਜਾਂਦੀ ਹੈ। ਨਾਭੀ 'ਚ ਤੇਲ ਲਗਾਉਣ ਨਾਲ ਪੇਟ ਦਾ ਦਰਦ ਘੱਟ ਹੁੰਦਾ ਹੈ। ਨਾਭੀ 'ਚ ਤੇਲ ਲਗਾਉਣ ਨਾਲ ਵਦਹਜ਼ਮੀ, ਫੂਡ ਪੋਇਜ਼ਨਿੰਗ, ਦਸਤ, ਮਤਲੀ ਵਰਗੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਜੇਕਰ ਤੁਸੀਂ ਮੁਹਾਸੇ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਨਾਭੀ 'ਚ ਨਿੰਮ ਦਾ ਤੇਲ ਲਗਾਉਣਾ ਚਾਹੀਦਾ ਹੈ। ਜੇਕਰ ਤੁਹਾਡੇ ਚਿਹਰੇ 'ਤੇ ਕਈ ਤਰ੍ਹਾਂ ਦੇ ਦਾਗ ਦੀ ਸਮੱਸਿਆ ਹੈ ਤਾਂ ਨਾਭੀ 'ਚ ਨਿੰਮ ਦਾ ਤੇਲ ਲਗਾਉਣ ਨਾਲ ਇਹ ਦਾਗ ਦੂਰ ਹੋ ਜਾਣਗੇ। ਨਾਰੀਅਲ ਜਾਂ ਆਲਿਵ ਓਇਲ ਦੇ ਤੇਲ ਨੂੰ ਨਾਭੀ 'ਚ ਲਗਾਉਣ ਨਾਲ ਔਰਤਾਂ ਦੇ ਹਾਰਮੋਨਸ ਸੰਤੁਲਿਤ ਹੁੰਦੇ ਹਨ ਅਤੇ ਗਰਭ ਅਵਸਥਾ ਦੀ ਸੰਭਾਵਨਾ ਵੱਧ ਜਾਂਦੀ ਹੈ। ਨਾਭੀ 'ਚ ਪਾਉਂਦੇ ਰਹਿਣ ਨਾਲ ਮਹੀਨਾ ਸਾਲਾਂ ਤੋਂ ਜੰਮੀ ਹੋਈ ਗੰਦਗੀ ਪਿੰਗਲ ਕੇ ਸਾਫ਼ ਹੋ ਜਾਂਦੀ ਹੈ। ਮਾਹਵਾਰੀ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਅੱਜ ਕੱਲ੍ਹ ਹਰ ਔਰਤ ਗ੍ਰਸਤ ਮਿਲਦੀ ਹੈ। ਜੇਕਰ ਪੀਰੀਅਡਸ ਦੌਰਾਨ ਬਹੁਤ ਜ਼ਿਆਦਾ ਦਰਦ ਹੋਣ 'ਤੇ ਰੂਹ 'ਚ ਥੋੜ੍ਹੀ ਜਿਹੀ ਬ੍ਰਾਂਡੀ ਬਣਾ ਕੇ ਨਾਭੀ 'ਤੇ ਲਗਾਉਣ ਨਾਲ ਇਹ ਦਰਦ ਤੁਰੰਤ ਦੂਰ ਹੋ ਜਾਂਦਾ ਹੈ। ਸਰੀਰ ਦਾ ਚੱਕਰ ਨਾਭੀ ਤੋਂ ਹੀ ਹੁੰਦਾ ਹੈ, ਇਸ ਲਈ ਇਸ ਨੂੰ ਸੰਤੁਲਿਤ ਰੱਖਣ ਲਈ ਇਸ 'ਤੇ ਤੇਲ ਲਗਾਇਆ ਜਾਂਦਾ ਹੈ। ਵੀਡੀਓ ਚੰਗੀ ਲੱਗੀ ਤਾਂ ਲਾਈਕ, ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।